Good morning, guys. Guys, मैं जा रहा हूँ बाल अपने सेट करवाने, कटवाने नहीं जा रहा, सिर्फ जा रहा हूँ सेट करवाने। चलो चलते हैं, बाल बूल सेट कराने हैं यार। मतलब मेरे को इस कटवाने नहीं है, मेरे को सिर्फ सेट करवाने हैं। मतलब होता है ना कि जैसे कई बाल बड़े हों या कह लो कि जैसे अनइवन से बाल हुए होते हैं, जैसे वैसे मेरे को करवाने हैं। रुको जरा, दरवाजा बंद कर दूंगा, मिलते हैं फिर। ओए होए, किवें दे लग रहे हैं गाइस बाल? सच्ची दस्यो, सही लग रहे हैं कि जलूस ही लग रहा है भाई? मैं बैठ ही नहीं सकता यार वहां, मैं बैठ ही नहीं सकता भाई। इतनी देर खड़े होके मैं बाल नहीं कटवा सकता भाई, मेरी तो बहुत ज्यादा बुरी हालत हो जाती है भाई। अरे साड़ी उछल दी बड़ी भाई गड्डी आज है, खाज हो रही है गाइस। वेलकम माधव, माधव दे खाज भी हो रही है, तो गाइस नु पता है कि माधव दे खाज हो रही है। समझ रहे हो, समझ रहे हो गाइस? माधव नु कुछ एक तो यार छोटी गड्डी है, एंडेवर को चलाना है नु मैं भाई। बहुत गर्मी लग रही है यार, ओए होए, हट जाओ यार परे। परसों जेड़ा मैंने मजाक करा है गाइस, वो फंक्शन जो चला रात को, उसकी वजह से मेरे को गालियां पड़ गई घर से। मैं हूं फंक्शन किसी ना करया नहीं करना चंगा गाइस। ठीक लग रहा है बाकी काम? बाकी चलो कोई गल नहीं, देख लांगे जो कुछ हो रहा है। एंड ले गया था डिओड्रेंट, खत्म हुआ हुआ है सारा, सिस्टम खत्म हुआ है, वो चल रहे हैं मोर बनाने हैं गाइस। एंड चलो फिर चलते हैं, करते हैं बातचीत, क्या माहौल है, क्या सीन है, नजारा तो लेते रहेंगे गाइस। बाकी अभी व्लॉग भी एंड करने एडिट करने वाला पड़ा है गाइस, समझ रहे हो? सही बताओ बाल कैसे, सच्ची कैसे लग रहे हैं, कमेंट करके बताना। कोई इच मजाक मजूक वाली गल नहीं हैगी, समझ रहे हो? मोर बंद तो नहीं हो गया मेरे हिसाब ना, कि मोर दा मोर बन चुका है। खुला भी मोर, मोर दा मोर ही ना बन गया होवे गाइस। गाइस नहीं ले, सामान लेते हुए घूम रहा हूँ गाइस, समझ रहा हूँ। अद्धियां चीजां तां मिलदियां नहीं इत्थे। सो गाइस ये देख रहे हो, इसमें सारा ये है सिस्टम, सारे वो भरे हुए हैं, क्या नाम है, घर च खाण पीन का सिस्टम है, नॉल पता है ना, चिप्स ये वो,
ਘਰ ਸਮਾਨ ਹੋਣਾ ਤਾਂ ਚਾਹੀਦਾ ਗਾਇਸ, ਸਮਝ ਰਹੇ ਹੋ ਨਾ, ਪੂਰਾ ਲਿਫਾਫਾ ਭਰ ਲਿਆ ਮੈਂ। ਇੱਕ ਬੰਦੇ ਨੇ ਮੇਰੇ ਕੋ ਹੋਰਨ ਮਾਰਾ ਰਾਸਤਾ ਬਤਾਉਣ ਲਈ, ਮੈਨੂੰ ਹੋਰਨ ਮਾਰਿਆ, ਕਹਿੰਦਾ ਹੈਲੋ। ਸਾਲਾ ਤੇਰੇ ਮੈਂ ਫੁੱਫੜ ਦਾ ਮੁੰਡਾ ਨਹੀਂ ਹੈਗਾ ਜਿਹਨੂੰ ਤੂੰ ਹੈਲੋ ਕਹਿ ਰਿਹਾ ਸੀ, ਸਮਝ ਰਿਹਾ ਨਾ। ਦੈਰ ਇਜ਼ ਅ ਵੇ ਟੂ ਆਸਕ ਅਵੇ, ਦੈਰ ਇਜ਼ ਅ ਵੇ ਟੂ ਆਸਕ ਅਵੇ, ਐਕਸਕਿਊਜ਼ ਮੀ ਬ੍ਰਦਰ, ਐਸੇ ਹੋਤਾ ਹੈ। ਹਮ ਵੀ ਕਿਸੀ ਸੇ ਰਾਸਤਾ ਪੁੱਛਤੇ ਹੈਂ, ਹਮ ਕਹਿੰਦੇ ਨਮਸਤੇ ਭਾਜੀ, ਆ ਮਾੜਾ ਜਿਹਾ ਇੱਧਰ ਜਾਣਾ ਦੱਸੂਗੇ ਜ਼ਰਾ। ਹੋਰਨ ਤਬ ਮਾਰਾ ਜਾਤਾ ਜਬ ਦੂਰ ਕਹੀਂ ਦੁਕਾਨ ਪੇ ਹੋ ਵੋ, ਸਮਝ ਰਹੇ ਹੋ। ਇਹਨਾਂ ਨੂੰ ਲੱਗ ਰਿਹਾ ਬਦਮਾਸ਼ੀ ਕਰਨਗੇ ਵੀ ਸਾਡੇ ਨਾਲ। ਪਿਆਰ ਸੇ ਚਲੋਗੇ ਤਾਂ ਬੜੀਆ ਪਿਆਰ ਸੇ ਚਲੇਗੇ, ਧੱਕੇ ਨਾ ਕਰੂੰਗੇ ਤਾਂ ਗੱਡੀ ਉੱਪਰ ਚਾੜ ਦੇਵਾਂਗੇ ਛਾਤੀ ਤੱਕ, ਸਮਝ ਰਹੇ ਹੋ ਨਾ। ਤੋਰ ਲਾ ਇਹਨੂੰ ਹੁਣ ਆਪਣੇ ਈ ਰਿਕਸ਼ੇ ਨੂੰ, ਮੁੜ ਕੇ ਮੈਂ ਬੈਟਰੀ ਦੀਆਂ ਤਾਰਾਂ ਕੱਢ ਦੇਣੀਆਂ, ਸਾਰੀ ਉਮਰ ਪਸ਼ਿਮਲਾ ਪਹਾੜੀ ਖੜਾ ਰਹੇਗਾ, ਸਮਝ ਗਿਆ ਨਾ। ਬੀਪੀ ਮੇਰਾ ਵੈਸੇ ਹੀ ਵਧਾ ਦਿੱਤਾ ਉਹਨੇ ਹੋਰਨ ਮਾਰ ਕੇ, ਮੇਰੀ ਤਰਫ਼ ਦੇਖ ਰਿਹਾ ਤਾਂ ਮੈਂ ਦੇਖਿਆ ਹੀ ਨਹੀਂ ਫਿਰ ਉਹਦੇ ਹੱਲ। ਇਹਨਾਂ ਨੂੰ ਇਹ ਨਹੀਂ ਪਤਾ ਕਿ ਬਿਲਕੁਲ ਈਗੋਇਸਟਿਕ ਬੰਦੇ ਦੇ ਨਾਲ ਉਹ ਪੰਗਾ ਲੈ ਰਹੇ ਸੀ। ਈਗੋਇਸਟਿਕ ਹੈਗੇ ਹੈ ਲੇਕਿਨ ਜਿਹੜਾ ਈਗੋ ਦਿਖਾਵੇ, ਐਵੇਂ ਪੰਗੇ ਪੁੰਗੇ ਨਾ ਲਿਆ ਕਰੋ ਨਜਾਇਜ਼ ਦੇ, ਸਮਝ ਰਹੇ ਹੋ ਨਾ। ਚਲੋ ਗਾਇਸ ਘਰ ਪੇ ਚਲਦੇ ਆ, ਮਿਲਦੇ ਫਿਰ ਆਪ ਸਭ ਸੇ। ਅੱਜ ਤੂੰ ਕਹਿ, ਅੱਜ ਤੂੰ ਸ਼ੁਰੂਆਤ ਕਰ, ਮੈਂ ਨਹੀਂ ਕਰਨੀ। ਆ ਗਏ ਆ ਜੀ ਸੰਡੇ, ਆ ਕਿੱਦਾਂ, ਹੈਲੋ ਗਾਇਸ, ਕੋਈ ਸਮਥਿੰਗ ਤਾਂ ਕਹਿ, ਕੁਛ ਇਹਦਾ ਸ਼ੁਰੂ ਤਾਂ ਕਰ। ਹੈਲੋ ਗਾਇਸ, ਬੈਕ ਟੂ ਕਰੀ 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 ਸਵਾਗਤ ਕਰਦੇ ਆ ਭਾਜੀ ਤੁਹਾਡਾ। ਆ ਗਏ ਆ ਜਿਮ ਐਤਵਾਰ ਨੂੰ, ਸੰਡੇ ਨੂੰ ਗਾਇਸ ਜਿਮ ਆ ਗਏ, ਜਿਮ ਓਪਨ ਹੀ ਨਹੀਂ ਹੋਇਆ ਅਜੇ, 4 ਵੱਜ ਗਏ ਆ, 4 ਵੱਜ ਗਏ ਆ, ਜਿੰਦਰਾ ਖੁੱਲਿਆ ਨਹੀਂ ਆ। ਤੁਹਾਡਾ ਜਿੰਦਰਾ ਦਾ ਪੂਰਾ ਖੁੱਲਿਆ ਹੋਇਆ ਆ, ਤੁਹਾਡਾ ਜਿੰਦਰਾ ਦਾ ਫ੍ਰੀ ਹੋ ਗਿਆ ਆ, ਕੱਲ ਤਾਂ ਖੁੱਲ ਗਿਆ ਸੀ। ਮਤਲਬ ਕਹਿਣ ਦਾ ਮਤਲਬ ਵਲੌਗਿੰਗ ਤੈਨੂੰ ਕਰਨੀ ਪਵੇ ਤਾਂ ਤੈਨੂੰ ਕਾਫੀ ਸ਼ਾਈ ਨੇਚਰ ਦਾ ਆਉਂਦਾ। ਸਾਲੇ ਜਿਮ ਕੀਤਾ ਨਹੀਂ, ਪਹਿਲਾਂ ਹੀ ਖੁੱਲ ਗਏ ਹੈ। ਕੱਲ ਕਿੱਦਾਂ ਸੀ? ਕੱਲ ਤਾਂ ਬੁਰਾ ਹਾਲ, ਕੱਲ ਜਿਮ ਹਾਰਡ ਹੋ ਗਿਆ ਸੀ ਸਾਡੇ ਤੋਂ। ਐਕਚੁਅਲੀ ਭਾਈ ਨਹੀਂ ਆਏ ਸੀ, ਆਏ ਖੋਲ ਕੇ ਪੈਕਅਪ ਪੈਕਅਪ। ਚਲੋ ਗਾਇਸ ਜਿਮ ਖੁੱਲਿਆ ਨਹੀਂ ਹੈ, ਕਦੋਂ ਖੁੱਲੂਗਾ, ਕਦੋਂ? 4 ਤਾਂ 4 ਬਸ ਵੱਜ ਗਏ। ਉਧਰੋਂ ਮੈਡਮ ਉਧਰੋਂ ਆਉਂਦੀ ਹੁੰਦੀ ਪੌੜੀਆਂ ਨੂੰ, ਇਧਰੋਂ ਚਲੀ ਜਾਵੇ। ਦਸ ਮਿੰਟ ਪਏ ਦਾ, ਪੂਰੇ 4 ਵਜੇ ਚੱਲਦੇ ਆ ਫਿਰ ਉੱਥੇ ਜਾ ਕੇ, ਜੇ ਖੜਾ ਹੋਣਾ ਪਿਆ ਤਾਂ ਖੜਾ ਨਹੀਂ ਹੋਣਾ। ਉਹ ਵੀ ਕਰਦੇ ਆ ਨਾ ਸਪੋਜ਼ ਕਿ 4 ਵਜੇ ਜਿਮ ਨਹੀਂ ਖੁੱਲਦਾ, ਟਾਈਮ ਸਿਰ ਨਹੀਂ ਆਉਂਦਾ। ਇਹਨੂੰ ਇਹਨੇ ਇਸ ਬੰਦੇ ਨੂੰ ਇੰਨੀ ਪ੍ਰੋਬਲਮ ਹੁੰਦੀ ਹੈ ਨਾ ਜਿਮ ਤੋਂ, ਪਤਾ ਨਹੀਂ ਕੀ ਗੱਲ ਹੈ, ਸਭ ਨੂੰ ਇਹ ਬੰਦਾ ਜਿਮ 'ਚ ਨਿੰਦਾ ਦਿੰਦਾ। ਤੁਹਾਡੀਆਂ ਮਸ਼ੀਨਾਂ ਨਹੀਂ ਠੀਕ, ਇੱਥੇ ਟਿਸ਼ੂ ਨਹੀਂ ਹੈਗੇ, ਉੱਥੇ ਉਹ ਨਹੀਂ ਹੈਗੇ, ਘਰ ਪਰਦਿਆਂ ਨਾਲ ਹੱਥ ਪੂੰਝਦੇ ਰਹੇ, ਫਿਲਟਰ ਦਾ ਪਾਣੀ ਨਹੀਂ ਚੱਲਦਾ, ਘਰ ਟੂਟੀ ਵਾਲਾ ਪਾਣੀ ਪੀ ਰਹੇ ਆ, ਇੱਥੇ ਫਿਲਟਰ ਖਰਾਬ ਹੈ, ਟਿਸ਼ੂ ਹੈ ਨਹੀਂ, ਘਰ ਪਰਦਿਆਂ ਨਾਲ ਹੱਥ ਪੂੰਝ ਹੋ ਰਹੇ ਆ। ਸਾਲ ਦੀ ਫੀਸ ਦਿੱਤੀ ਹੋਊ ਨਾ, ਤਾਂ ਦੁੱਖ ਲੱਗਦਾ ਵਾ। ਸਾਲੇ ਥੋੜੀ ਜਿਹੀ ਫੀਸ ਹੋਰ ਦਿੰਦਾ ਤੈਨੂੰ ਮੈਂ ਹਿੱਸਾ ਲੈ ਦਿੰਦਾ ਕੋਲ ਜਿਮ 'ਚ। ਨਹੀਂ ਉਹ ਕਹਿੰਦੇ ਸੀਗੇ ਤੁਹਾਨੂੰ ਟ੍ਰੇਨਰ ਰੱਖਣਾ ਭਾਜੀ, ਟ੍ਰੇਨਰ ਰੱਖਣਾ ਵਾ, ਕਰਨਾ ਟ੍ਰੇਨਰ ਤਾਂ ਰਖਾ ਦਿਆਂਗੇ ਤੈਨੂੰ, ਉਹ ਨਹੀਂ ਤਾਂ ਮੈਂ ਸਲਾਏਗਾ। ਉਹ ਹੈਗੀ ਭਾਜੀ ਆਪਣੇ ਨੂੰ ਜ਼ਿਆਦਾ ਬਣ ਗਈ ਆ, ਬੰਦੇ ਬੁਆਈ ਜਾਂਦੇ ਭਾਜੀ ਸਾਨੂੰ ਕਰਾ ਦੋ, ਸਾਨੂੰ ਕਿਹਨੂੰ ਕਿਹਨੂੰ ਕਰਾ ਦਵਾਂ ਮੈਂ, ਪਹਿਲਾਂ ਮੈਨੂੰ ਕਰਾ ਦੇ, ਮੈਨੂੰ ਪਲੀਜ਼ ਕਰਾ ਦੇ ਯਾਰ। ਸੋ ਗਾਇਸ ਅੱਜ ਜਿਮ ਦੇ ਵਿੱਚ ਕੋਈ ਵੀ ਨਹੀਂ ਹੈ, ਸਿਰਫ ਮੋਸਟ ਹਾਰਡ ਵਰਕਿੰਗ ਬੰਦੇ ਲਾਈਫ ਦੇ, ਜਿਨ੍ਹਾਂ ਨੇ ਕਰੋੜਾਂ ਰੁਪਈਆ ਔਰ ਵਧੀਆ ਵਧੀਆ ਸਿਹਤਾਂ ਬਣਾਉਣੀਆਂ, ਸਿਰਫ ਉਹੀ ਜਿਮ 'ਚ ਆ ਰੱਖੇ ਆ।
ਸੋ ਗਾਇਸ 250 crore ਦਾ ਮਾਲ ਹੈ ਸਾਡੇ ਬੈਗਾਂ ਦੇ ਵਿੱਚ ਐਂਡ ਵਧੀਆ ਅੱਜ ਮਾਹੌਲ ਬਣੇਗਾ ਤੇ ਇੱਕ ਠੋਕ ਕੇ ਕਹਿੰਨੇ ਆ ਅਸੀਂ ਇਸਕੋ ਗਰਮ ਕਰਨਾ ਪੜੇਗਾ ਗਾਇਸ ਥੋੜੀ ਜਿਹੀ ਤੋਂ ਅੱਗੇ ਕਰਨੀ ਆ ਇੰਨਾ ਕੋਈ ਮਸਲਾ ਤਾਂ ਹੈ ਨਹੀਂ ਵੈਸੇ ਇੰਨਾ ਦਾ ਕੋਈ ਮਸਲਾ ਹੈ ਨਹੀਂ ਗਾਇਸ ਦਿਲ ਮੇਰੀ ਨਾ ਸੁਣੇ ਦਿਲ ਕਿਵੇਂ ਕੀ ਮੈਂ ਨਾ ਸੁਣੂੰ ਮਿਲਦੇ ਹੈਂ ਸੁਬਹ ਤਾਂ ਹੋ ਚੁੱਕੀ ਹੈ ਅਭੀ ਜੇ ਸੁਠਾ ਥਾ ਔਰ ਵਾਸ਼ਰੂਮ ਮੈਂ ਆਇਆ ਥਾ ਅੱਜ ਵੀ ਪੂਰੇ ਠੰਡ ਦੇ ਅਸਾਰ ਆ ਮੈਨੂੰ ਲੱਗ ਰਿਹਾ ਪੂਰਾ ਠੰਡਾ ਮਾਹੌਲ ਹੋ ਰੱਖਿਆ ਗਾਇਸ ਦੇਖ ਰਹੇ ਹੋ ਪੱਤੇ ਹਿੱਲ ਰਹੇ ਆ ਹਵਾ ਚੱਲ ਰਹੀ ਹੈ ਗਾਇਸ ਉਹ ਝੰਡੇ ਦੇਖੇ ਜ਼ਿਆਦਾ ਜ਼ੂਮ ਵਾਲਾ ਫੋਨ ਲਿਆਉਣਾ ਹੁਣ ਜਬ ਜਬ ਮੈਂ ਸੋ ਸਕਤਾ ਹੂੰ ਮੇਰੀ ਅੱਖ ਹੀ 8 ਵਜੇ ਖੁੱਲ ਜਾ ਰਹੀ ਹੈ ਸਿੱਧਾ ਇਹ ਵੀ ਬਾਤ ਨਾ ਹੋਈ ਬਾਕੀ ਮੌਸਮ ਆਸ ਪਾਸ ਫਿਰ ਬਰਫ਼ ਪੜ ਗਈ ਹੈਗਾ ਇਸ ਇਹ ਕੌਣ ਆ ਗਿਆ ਇਹ ਸਿਸਟਮ ਸਹੀ ਹੈ ਨਾ ਗਾਇਸ ਸੁਬਹ ਐਂਡ ਕਰੋ ਔਰ ਫਿਰ ਦੁਪਹਿਰ 'ਚ ਸ਼ੁਰੂ ਕਰੋ ਇਸ ਵਿੱਚ ਇਨਸਾਨ ਕੰਫਰਟੇਬਲ ਰਹਿੰਦਾ ਹੈ ਕੱਲ ਨਾ ਮੁਝੇ ਮਤਲਬ ਇਹ ਹੋਤਾ ਹੈ ਨਾ ਯਾਰ ਜੈਸੇ ਅਬ ਖਾਣਾ ਖਾਤੇ ਵਕਤ ਮੈਂ ਸੋਚ ਰਿਹਾ ਥਾ ਕਿ ਮੈਂ ਕਿਆ ਦੇਖੂੰ ਕਿਆ ਦੇਖੂੰ ਹੈ ਨਾ ਫਿਰ ਮੇਰੇ ਕੋਲ ਕੱਲ ਯਾਦ ਆਈ ਬਿਗ ਬੋਸ 17 ਕੀ ਯਾਰ ਜਬ ਬਿਗ ਬੋਸ 17 ਹੋਤਾ ਥਾ ਹਮਾਰੇ ਏਕ ਡੇਢ ਘੰਟਾ ਸੋਰਟਿਡ ਹੋਤਾ ਥਾ ਕਿ ਯਾਰ ਖਾਣਾ ਯੇ ਦੇਖਣਾ ਹੀ ਦੇਖਣਾ ਔਰ ਫਿਰ ਉਸਕੇ ਬਾਅਦ ਵਲੋਗ ਬਣਾਓ ਫਿਰ ਰੀਲੇ ਬਣਾਓ ਫਿਰ ਯੇ ਬਣਾਓ ਵੋ ਬਣਾਓ ਹੈ ਨਾ ਐਸੇ ਹੋਤਾ ਹੈ ਕਭੀ ਕਭੀ ਵਲੋਗ ਔਰ ਰੀਲੇ ਵਾਲਾ ਪਾਰਟ ਨਹੀਂ ਸਿਰਫ ਦੇਖਣੇ ਵਾਲਾ ਪਾਰਟ ਉਸਮੇਂ ਮਿਹਨਤ ਹੋਤੀ ਹੈ ਬਾਏ ਗਾਇਸ ਲੇਕਿਨ ਚਲੋ ਜੋ ਹੋ ਗਿਆ ਬੜੀਆ ਹੋ ਗਿਆ ਬੜੀਆ ਅਭਿਸ਼ੇਕ ਬੜੀਆ ਕਰ ਰਿਹਾ ਉਸਕਾ ਗਾਣਾ ਵੀ ਬਹੁਤ ਬੜੀਆ ਹੈ
ਕੁਝ ਜ਼ਿਆਦਾ ਹੀ ਰੋਮਾਂਟਿਕ ਹੈ ਯਾਰ, ਮੈਂ ਇੰਨਾ ਰੋਮਾਂਟਿਕ ਸੁਣਦਾ ਨਹੀਂ, ਤੁਹਾਨੂੰ ਪਤਾ ਹੀ ਹੈ ਮੇਰਾ। ਅਤੇ ਅਖਿਲ ਸਚਦੇਵਾ ਜਿਸਨੇ ਗਾਣੇ ਗਾਏ ਥੇ, ਉਸਮੇ ਕਿਆ ਨਾਮ ਹੈ, ਕਬੀਰ ਸਿੰਘ ਮੈਂ, ਬਾਕੀ ਬੜੀਆ ਹੈ, ਟਰੈਂਡਿੰਗ ਵਨ ਪੇ ਚੱਲ ਰਿਹਾ ਜੀ ਹਰ ਜਗ੍ਹਾ, ਸਭ ਕੋ ਪਸੰਦ ਆਇਆ। ਮੈਂ ਥੋੜ੍ਹਾ ਕੰਮ ਹੀ ਹੋਤਾ ਹੂੰ ਰੋਮੈਂਟਿਕ, ਆਪਕੋ ਪਤਾ ਹੀ ਹੈ ਮੇਰਾ। ਚਲੋ ਗਾਇਸ, ਇਸ ਵਲੌਗ ਕੋ ਕਰਤੇ ਹੀ ਪਰ ਐਂਡ, ਫਿਰ ਮੁਲਾਕਾਤ ਹੋਗੀ ਕੱਲ। ਟਿਲ ਦੈਨ ਲਾਈਕ ਕਰੇ, ਸ਼ੇਅਰ ਕਰੇ, ਸਬਸਕ੍ਰਾਈਬ ਕਰੇ। ਰਾਧੇ ਰਾਧੇ, ਹਰ ਹਰ ਮਹਾਦੇਵ।